ਏ ਆਕਾਸ਼ ਵਾਣੀ ਜੰਮੂ ਤੋਂ ਚੰਦਰਕਾਂਨ ਸ਼ਰਮਾ ਕੋਲੋਂ ਖਬਰਾਂ ਸੁਨੋ ਯੂਵਾ ਮਾਮਲੇ ਤੇ ਖੇਡੇ ਸਰਵੰਦੀ ਮਹਿਕਮੇ ਦੇ ਕੇਂਦਰੀ ਮੰਤਰੀ ਅਨੁਰاج ਸਿੰਘ ਠਾਕਰ ਤੇ ਉਪ ਰਾਜਪਾਲ ਮਨੋਜ सिन्हा ਨੇ ਅੱਜ ਜੰਮੂ ਦੇ ਰਾਜ ਭਵਨ 'ਚ ਖੇਲੋ ਇੰਡੀਆ ਸਿਆਲੂ ਖੇਡੇ ਦਾ ਸ਼ੁਭਾਂਕਰ ਥੀਮ Song ਤੇ ਜਰਸੀ ਜਾਰੀ ਕਰ ਦਿੱਤੀ। ਇਹ ਖੇਡਾਂ ਇਸ ਮੀ 10 ਤਾਰੀਖ ਤੋਂ 14 ਤਾਰੀਖ ਤੋੜੀ ਗੁਲਮਰਗ 'ਚ ਕਰਾਈਆਂ ਜਾਂਦੀਆਂ ਨੇ। ਇਹਨੇ ਖੇਡੇ ਦਾ ਸਿਰਜਤਾ ਯੁਵਾ ਸੇਵਾਇ ਤੇ ਖੇਡ ਸਰਵੰਦੀ ਮੰਤਰਾਲੇ ਦੇ ਸਹਿਯੋਗ ਕਨੇ ਜੰਮੂ ਕਸ਼ਮੀਰ ਸਪੋਰਟਸ ਕੌਂਸਲ ਦੇ ਸਿਆਲੀ ਵਾਲੀ ਖੇਡੇ ਸਰਵੰਦੀ ਜੰਮੂ ਦੀ ਐਸੋਸੀਏਸ਼ਨ ਕਨੇਰ ਲਈ ਕੀਤਾ ਜਾਇਆ ਜਾਤਾ ਹੈ ਗੁਲਮਰਗਜ਼ ਖੇਡੀ ਜਾਣ ਲਈ ਇਹਨੇ ਖੇਡੇ ਚ ਮੁਲਕ ਪਰ ਅਥਮਾ ਤਕਰੀਬਨ 1500 ਖੜਾਰੀਆਂ ਦੇ ਇਸਾ ਲੈਣੇ ਦੀ ਉਮੀਦ ਹੈ ਅਜੇ ਤੋੜੀ ਦੋਹਾਂ ਬਾਰੀ ਇਸ ਚਾਲੇ ਦੀਆਂ ਇੱਕ ਹੈ ਡਾ ਕਰਵਾਈਆਂ ਜਾਂਦੀਆਂ ਤੇ ਮੇਜ਼ਬਾਨ ਜੰਮੂ ਕਸ਼ਮੀਰ ਨੇ ਹਰ ਬਾਰੀ ਪਹਿਲੀ ਥਾਰ ਅਜੇ ਤੋੜੀ ਅਸਲ ਕੀਤੀ ਹੈ ਤੇ ਇਹ ਇਹਨੇ ਖੇਡੇ ਦਾ ਤਰੀਕਾ ਸੰਸਕਰਨ ਹੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਲੋਕਪ੍ਰੀਅਤਾ ਸਰਬੰਧੀ ਤਰਜੀਬੰਦੀ ਸੂਚੀ ਚ ਹੱਤਰਫੀਸ 3 ਅੰਕੇਨ ਕਨੇ ਦੁਨੀਆ ਦੇ ਸਭਨੇ ਥਮਾ ਲੋਕਪ੍ਰੀਯ ਨੇਤਾ ਉਨ ਬਣੀ ਗੇਨ ਇਹ ਦਰਜਬੰਦੀ ਅਮਰੀਕੀ ਕੰਸਲਟੈਂਟ ਕੰਪਨੀ ਮਾਰਨਿੰਗ ਕੰਸਲਟੈਂਟ ਅਸਿਆ ਜਾਰੀ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਰੇ ਤਾਜ਼ਾ ਦਰਜਬੰਦੀ ਚ ਕੈਂਕੁਲ ਸੰਸਾਰੀ ਨੇਤਾਇਂ ਕੀ ਪਿੱਛੇ ਛੋੜੀ ਦਿੱਤਾ ਹੈ ਜਿੰਦੇ ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕੋਰ ਵੀ ਸ਼ਾਮਿਲ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਸਰਕਾਰ ਨੇ ਕੇਂਦਰੀ ਬਜਟ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਕੀ ਹੁਣ ਹੋਰ ਮਤਾਬਾਦਾ ਕਰ ਦਿੱਤਾ ਹੈ ਤਾਂ ਜੇ ਸਭ ਨੇ ਲੋੜਮਤ ਲੋਕਾਂ ਕੀ ਇਸ ਯੋਜਨਾ ਦਾ ਫਾਇਦਾ ਠੋਈ ਸਕੇ ਤੇ ਉਹਨੇ ਕੀ ਜ਼ਰੂਰੀ ਮਕਾਨ ਠੋਈ ਸਕਣ ਉਹਨੇ ਆਖਿਆ ਜੇ ਲੋਕਾਂ ਦੇ ਇਸ ਇਦਾਰੀ ਕਰਨੇ ਕਈ ਚਾਲੀ ਦੀਆਂ ਸਰਕਾਰੀ ਪਹਿਲ ਕਦਮੀਆਂ ਚ ਕਾਮਯਾਬੀ ਠੋਈ ਹੈ ਤੇ ਸਰਕਾਰ ਉਹ ਇਹਨੇ ਕੰਮੇ ਕੀ ਹੋਰ ਅਗੜਾ ਬਧਾਣ ਲਈ ਕਈ ਯਤਨ ਕਰਾ ਕਰ ਦਿੱ ਗਿਆ ਕੱਲ ਅਸਾਮ ਚ ਕੁਲ ਸੰਸਾਰੀ ਰਮਾਨਦਾਰੀ ਤੇ ਸ਼ਾਂਤੀਾਸਤੇ ਕਰਾਇਗੇ ਦੇ ਕ੍ਰਿਸ਼ਨ ਗੁਰੂ ਇੱਕ ਨਾਮ ਅਖੰਡ ਕੀਰਤਨ ਚ ਵੀਡੀਓ ਕਾਨਫਰੈਂਸਿੰਗ ਜਾਂ ਇਸ ਲੰਦੇ ਉਨੇ ਆਖਿਆ ਜੇ ਕੇਂਦਰੀ ਬਜਟ ਕਿਤੇ ਦੇ ਕੋਸ਼ ਨਾ ਕਰਨੇ ਅਸਾਮ ਤੇ ਉੱਤਰ ਪੂਰਬੀ ਰਾਜਾਂ ਕੀ ਬੜਾ ਮਤਾ ਫਾਇਦਾ ਆਸ ਲੋਗ ਉਨੇ ਆਖਿਆ ਜੇ ਸਰਕਾਰ ਨੇ ਬਾਸ ਤੇ ਇਹਦੇ ਕਰਨੇ ਬਣਾਏ ਜਾਣੇ ਵਾਲੇ ਔਰ ਦੂਗੇ ਸਮਾਨ ਰਾਂੇ ਰੋਜ਼ਗਾਰ ਦੇ ਮਤੇ ਮੋਕੇ ਪੈਦਾ ਕਰਨੇ ਦੇ ਯਤਨ ਕੀਤੇ ਨੇ ਤਾਂ ਜੇ ਰੋਜ਼ਗਾਰ ਦੇ ਮੋਕੇ ਔਰ ਵਧਾਈਏ ਯੁਵਾਂ ਦੀ ਮਦਦ ਹੋਈ ਸਕੇ ਉਹਨੇ ਆਖਿਆ ਜੇ ਇਹਦੇ ਆਸਤੇ ਕਈ ਪੁਰਾਣੇ ਪੇ ਚੁਕੇ ਦੇ ਕਾਨੂੰਨੇ ਚ ਵੀ ਤਬਦੀਲੀ ਕੀਤੀ ਗਈ ਹੈ ਜੰਮੂ ਕਸ਼ਮੀਰ ਥਮਾ ਰਾਜ ਸਭਾ ਸੰਸਦ ਗੁਲਾਮ ਅਲੀ ਖਟਾਨਾ ਹੋ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁੰਦੇ ਕਨੇ ਮੁਲਾਕਾਤ ਕਰੀਏ ਜੰਮੂ ਕਸ਼ਮੀਰ ਕਨੇ ਜੁੜੇ ਦੇ ਕਈ ਮੁੱਦੇ ਮਸਲੇ ਬਾਰੇ ਸਲਾਹ ਸੂਤਰ ਕੀਤਾ ਕੱਲ ਸੰਜਾ ਨਵੀਂ ਦਿੱਲੀ ਚ ਲਵਾਈ ਗਈ ਦੀ ਇਸ ਬੈਠਕ ਦੌਰਾਨ ਉਹਨੇ ਜੰਮੂ ਕਸ਼ਮੀਰ ਚ ਤਰੱਕੀ ਬਾਅਦ ਦੇ ਨੌਜਵਾਨਾਂ ਲਈ ਕੰਮ ਰੋਜ਼ਗਾਰ ਮਕਾਮੀ ਉਦਯੋਗਾਂ ਤੇ ਕੰਮ ਧੰਦੇ ਚ ਵਾਧਾ ਤੇ ਉਹ ਨੇ ਕਈ ਗੱਲਾਂ ਬਾਰੇ ਤਫਸੀਲੀ ਸਲਾਹ ਸੂਤਰ ਕੀਤਾ ਸੰਸਦ ਹੋਰੇ ਅਮਿਤ ਸ਼ਾਹ ਹੋਰੇ ਗੀ ਜੰਮੂ ਕਸ਼ਮੀਰ ਕਨ ਇਹਨੇ ਬਣੇ ਇਸ ਲਈ ਅਲਾ ਦੇ ਬਾਰੇ ਚ ਜਾਣਕਾਰੀ ਵੀ ਦਿੱਤੀ ਤੇ ਕੰਨੇ ਗਏ ਇਥੇ ਜੰਮੂ ਕਸ਼ਮੀਰ ਦੇ ਵੱਖ-ਵੱਖ ਇਸੇ ਚ ਸੈਲ ਸਫਾ ਕੀ ਬਜ਼ਾਵਾ ਦੇ ਨੇ ਟਿਕੋਦਾ ਕਰੀਏ ਪੁੰਛ ਅਰਜੋਰੀ ਡੋਡਾ ਆਰਾਮਬਨ ਕਸ਼ਤਵਾਰ ਕੁਪਵਾੜਾ ਚ ਸੈਲ ਸਫਾ ਕੀ ਬੜਾਵਾ ਦੇ ਨੇ ਬਾਰੇ ਜ਼ੋਰ ਪਰ ਆ ਕਠਵਾਦੇ ਡਿਪਟੀ ਕਮਿਸ਼ਨਰ ਰਾਹੁਲ ਪਾਂਡਿਓਰੇ ਰਾਜਸਵ ਮੈਕਮੇ ਕਨੇ ਜੁੜੇ ਦੇ ਵੱਖ-ਵੱਖ ਮਸਲੇ ਦਾ ਕੱਲ ਇੱਕ ਬੈਠਕ ਚ ਜਾਇਜ਼ਾ ਲੈਤਾ ਉਹਨੇ ਜ਼ਿਲ੍ਹਾ ਇੰਤਜ਼ਾਮੀਆ ਪਾਸੇ ਚਲਾਈ ਜਾ ਕਰਦੀ ਨਜਾਇਜ਼ ਕਬਜ਼ੇ ਠਾਣਨੇ ਦੀ ਮੁਹਿੰਮ ਦੀ ਸਮੀਖਿਆ ਕੀਤੀ ਤੇ ਨਜਾਇਜ਼ ਕਬਜ਼ੇ ਖਾਲੀ ਕਰਵਾਉਣ ਦੇ ਕੰਮ ਚ ਸਖਤ ਅਮਲਾਵਰੀ ਪਰ ਜ਼ੋਰ ਪਰ ਆ ਇਹਦੀ ਰੋਜ਼ਾ ਪ੍ਰਤੀ ਰਿਪੋਰਟ ਦੇਣ ਲਈ ਵੀ ਉਹਨੇ ਸਭ ਨੇ ਇਹ ਦੇ ਕਾਰੀਂਗੀ ਇਹਦਾ ਇਤਿਆਜ਼ਾਰੀ ਕੀਤੀਆਂ ਸਵੈਮਿੱਤਵ ਯੋਜਨਾਾਂ ਦੀ ਪ੍ਰਕਿਰਤੀ ਦਾ ਉਹਨੇ ਜਾਇਜ਼ਾ ਲੈਂਦੇ ਹੋਏ ਗ੍ਰਾਂ ਪਿੰਡੇ ਦੇ ਆਂਕੜੇ ਇਕੱਠੇ ਕਰਨੇ ਤੇ ਮਿੱਥੇਗੇ ਦੇ ਸਮੇਂ 'ਚ ਇੰਦਾ ਕੰਪਿਊਟਰੀ ਕਰਨ ਦੇ ਕੰਮੇ ਕੀ ਮੁਕੰਮਲ ਕਰਨ ਲਈ ਵੀ ਆਖਿਆ ਡਿਪਟੀ ਕਮਿਸ਼ਨਰ ਰੈਂਕ ਖਾਲੀ ਕਰਵਾਈਗੇ ਦੀ ਰੋਸ਼ਨੀ ਐਕਟ ਦੀ ਜ਼ਮੀਨ ਤੇ ਜ਼ਮੀਨ ਦੀ ਵਰਤੋਂ 'ਚ ਪਰਿਵਰਤਨ ਵਾਲੇ ਮਾਮਲਿਆਂ 'ਤੇ ਵੀ ਸਲਾਹ ਸੂਤਰ ਕੀਤਾ సేతే మెడికల్ శిక్షా ਦੇ सचिव ਭੁਪੇਂਦਰ కుమార్ ਹੋਰੇ ఎమర్జెన్సీ కోవిడ్ ప్రక్రియ 패కేజ్ ਤੈਤ ਮਨਜ਼ੂਰ ਕੀਤੀ ਗਈ ਕਈ ਪ੍ਰੋਜੈਕਟਾਂ ਦੀ ਅਮਲ ਆਵਰੀ ਦੇ ਅੱਜ ਇੱਕ ਬੈਠਕ ਦੌਰਾਨ ਜਾਇਜ਼ਾ ਲਿਆ। ਰਾਸ਼ਟਰੀ ਸਿਹਤ ਮਿਸ਼ਨ ਦੀਆਂ ਡਾਇਰੈਕਟਰ ਆਯੁਸ਼ੇ ਸੁਧਨੋ ਨੇ ਇਸ ਮੌਕੇ ਪਰ ਵਕ ਪ੍ਰੋਜੈਕਟ ਦੀ ਪ੍ਰਕਿਰਤੀ ਬਾਰੇ ਉਨ੍ਹਾਂ ਕੀ ਤਫਸੀਲੀ ਬਿਉਰਾ ਪੇਸ਼ ਕੀਤਾ। ਸੇਤ ਸਚਿਵੋਰੇ ਇਹਨਾਂ ਪ੍ਰੋਜੈਕਟ ਤੈਤ ਕਿਤੇ ਜਾਰ ਦੇ ਕੰਮ ਦਾ ਮੋਆਇਨਾ ਕਰਨੇ ਉਪਰ ਜ਼ੋਰ ਪਰਿਆ ਤਾਂ ਜੋ ਸਭ ਨੇ ਯੋਜਨਾਵਾਂ ਕੀ ਮਿੱਥੇ ਕੇਤੇ ਸਮੇਂ ਦੇ ਅੰਦਰ ਅੰਦਰ ਪੂਰਾ ਕੀਤਾ ਜਾイ ਸਕੇ। ਮੁਲਕ ਪਰ ਅਜੇ ਕਰੋਨਾ ਕਸ਼ਟੀਆਂ ਦੇ ਉਹਨੇ ਦੇ ਦਰ ਇਸ ਲਈ 98.8% ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਦੇਸ਼ਾਚੇ ਕਰੋਨਾ ਦੇ 128 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਤੇ ਸਰਗਰਮ ਮਾਮਲੇ ਦੀ ਗਿਣਤਰੀ ਵੀ ਉਨਕਟਿਏ 1792 ਹੋ ਗਈ ਹੈ ਮੁਲਕਾ ਚ ਅਜੇ ਤੋੜੀ ਸਾਹਮਣੇ ਆਏ ਦੇ ਕੁੱਲ ਮਾਮਲੇ ਦੀ ਗਿਣਤਰੀ 4 ਕਰੋੜ 46 ਲੱਖ 83250 ਹੈ ਜਿਸ ਲਈ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਚੋਂ ਹੋਰ ਜਨ ਦੇ ਕਰੋਨਾ ਕਾਰਨ ਮੌਤ ਹੋਈ ਜਾਣੇ ਕਰਨੇ ਇਸ ਲਾਗਾ ਕਾਰਨ ਆਪਣੀ ਜਵਾਨ ਮੋਹਨ ਐਲਿੰਦ ਗਿੰਤਰੀ 95,33,745 ਤੱਕ ਜਾਈ ਪੁੱਜੀ ਹੈ ਇਹਦੇ ਕੰਨਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ